ਸ਼ਾਨ ਨਾਲ ਅੰਮ੍ਰਿਤਸਰ ਲੋਕ ਸਭਾ ਸੀਟ ਜਿੱਤੇਗਾ ਅਕਾਲੀ ਭਾਜਪਾ ਗੱਠਜੋੜ। ਸੁਖਬੀਰ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਅੱਜ ਅੰਮ੍ਰਿਤਸਰ ਦੇ ਅਟਾਰੀ ਵਿਖੇ ਇੱਕ ਵਿਸ਼ਾਲ ਰੈਲੀ ਕੀਤੀ ਗਈ, ਜਿਸ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਸਮਰਥਕ ਪਹੁੰਚੇ। ਰੈਲੀ ਨੂੰ ਜਿੱਥੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ, ਉੱਥੇ ਹੀ ਸੁਖਬੀਰ ਬਾਦਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਸੀਟ ਅਕਾਲੀ ਭਾਜਪਾ ਗੱਠਜੋੜ ਵੱਲੋਂ ਬਹੁਤ ਹੀ ਸ਼ਾਨ ਨਾਲ ਜਿੱਤੀ ਜਾਵੇਗੀ। ਬਹੁਤ ਵਧੀਆ ਰਿਸਪੌਂਸ ਆ, ਤੁਸੀਂ ਦੇਖਿਆ ਪੂਰੇ ਪੰਜਾਬ 'ਚ ਸਾਡਾ ਸੈਕਿੰਡ ਰਾਊਂਡ ਸ਼ੁਰੂ ਹੋ ਗਿਆ। ਤੁਸੀਂ ਦੇਖ ਲਓ ਕਾਂਗਰਸ ਇੰਨਾ ਅਨਇੰਟਰਸਟਿਡ ਹੈ, ਕਾਂਗਰਸ ਇੰਨੀ ਅਨਇੰਟਰਸਟਿਡ ਕਾਂਗਰਸ ਹੈ, ਹਾਲੇ ਤੱਕ ਉਹਨੇ ਘਰੋਂ ਹੀ ਨਿਕਲੇ। ਜਦੋਂ ਤੱਕ ਅਸੀਂ ਮੈਦਾਨੇ ਫਤਿਹ ਕਰ ਦਾਂਗੇ ਉਦੋਂ ਤੱਕ ਨਿਕਲ ਗਿਆ। ਉਹ ਹੁਣ ਸਾਬਕਾ ਐਮ ਪੀ ਬਣ ਜਾਣਗੇ। ਯਾਰ ਮੈਂ ਕਹਿਣਾ ਚਾਹੁੰਦਾ ਮੈਦਾਨ ਉਹਨਾਂ ਆ ਗਏ ਮੈਦਾਨ 'ਚ, ਹੁਣ ਭੁਗਤਣਾ ਪੈਣਾ ਜਿਹੜੀਆਂ ਉਹਨੇ ਕਰਤੂਤਾਂ ਕੀਤੀਆਂ 5 ਸਾਲ। ਲੋਕਾਂ ਦੇ ਸਾਹਮਣੇ ਆਉਣ ਅਤੇ ਪਤਾ ਲੱਗੂ, ਜਨਤਾ ਉਹਨਾਂ ਨੂੰ ਸਬਕ ਸਿਖਾਊਗੀ।